ਜਿੱਦਾਂ ਕਿ ਇਹਨਾਂ ਨੇ ਕਿਹਾ ਹੈ ਕਿ ਜਦੋਂ ਕੋਈ ਫੇਲੀਅਰ ਆ ਜਾਂਦਾ ਸਾਡੀ ਲਾਈਫ ਦੇ ਵਿੱਚ ਆਪਾਂ ਹਾਰ ਮੰਨ ਲੈਂਦੇ ਹਾਂ, ਜ਼ਿਆਦਾਤਰ ਜਿੱਦਾਂ ਹੀ ਹੁੰਦਾ ਹੈ। ਲੇਕਿਨ ਜਿਹੜਾ ਕੋਈ ਵੀ ਫੇਲੀਅਰ ਜਿਹੜਾ ਸਾਡੀ ਲਾਈਫ 'ਚ ਆਉਂਦਾ ਹੈ ਨਾ, ਇੱਕ ਸੀਡ ਲੈ ਕੇ ਆਉਂਦਾ ਹੈ ਸਾਡੇ ਸਕਸੈਸ ਲਈ। ਉਹ ਸੀਡ ਕੀ ਹੁੰਦਾ ਹੈ, ਜੇ ਆਪਾਂ ਨੂੰ ਦੇਖ ਲਈਏ ਕਿ ਹੁਣ ਮੈਂ ਇੱਕ ਫੇਲੀਅਰ ਹੋ ਗਿਆ, ਬਹਿ ਗਏ ਜੀ, ਹੁਣ ਮੈਂ ਕੁਛ ਨਹੀਂ ਕਰਨਾ। ਲੇਕਿਨ ਅਗਰ ਆਪਾਂ ਇਹ ਤੋਂ ਸੋਚ ਲਈਏ ਕਿ ਚੱਲ ਇੱਕ ਵਾਰੀ ਸਿੱਖਿਆ, ਹੁਣ ਪਤਾ ਲੱਗ ਗਿਆ ਕਿ ਕੀ ਨਹੀਂ ਕਰਨਾ, ਕੀ ਹੋਰ ਕੁਛ ਕੀ ਕਰਨਾ ਹੈ, ਹੈ ਨਾ, ਹੋਰ ਕੋਈ ਕੰਮ ਜਾਂ ਕੋਈ ਹੋਰ ਚੀਜ਼ ਜਿਹੜੀ ਸਾਡੀ ਲਾਈਫ 'ਚ ਅੱਗੇ ਸਾਨੂੰ ਸਹੀ ਰਹਿੰਦੀ ਆ, ਉਹ ਚੀਜ਼ ਕਰਨੀ ਹੈ। ਇਸ ਲਈ ਫੇਲੀਅਰ ਤੋਂ ਡਰਨਾ ਨਹੀਂ ਚਾਹੀਦਾ, ਫੇਲੀਅਰ ਯੂਜ਼ ਕਰ ਲੈਣਾ ਚਾਹੀਦਾ ਹੈ, ਉਸ ਫੇਲੀਅਰ ਨੂੰ ਯੂਜ਼ ਕਰ ਲਓ ਅੱਗੇ ਅੱਗੇ ਕੁਛ ਵਧੀਆ ਕਰਨ ਲਈ।